ਪੰਜਾਬ 'ਚ ਤੇਜ਼ ਭਾਰੀ ਮੀਂਹ 12 ਜਨਵਰੀ ਅੱਜ ਰਾਤ ਮੀਂਹ ਭਾਰੀ ਮੀਂਹ ਪੂਰੀ ਜਾਣਕਾਰੀ ਤੁਹਾਨੂੰ ਸਾਂਝੀ ਕਰਦੇ ਲੈ ਕੇ ਚੱਲਦੇ ਤਾਂ ਨੋਟੀਫਿਕੇਸ਼ਨ ਦੇ ਉੱਪਰ ਤੁਹਾਨੂੰ ਜਾਣਕਾਰੀ ਦੇਣੀ ਹੈ ਕਿਹੜੇ-ਕਿਹੜੇ ਇਲਾਕਿਆਂ ਵਿੱਚ ਹੁਣ ਤੱਕ ਭਾਰੀ ਮੀਂਹ ਪੈ ਚੁੱਕਿਆ ਹੈ ਤੇ ਕਿਣ ਮਿਲ ਰਹੀ ਹੈ ਤੇ ਬੱਦਲਵਾਰੀ ਬਣੀ ਰਹੀ ਹੈ ਪੂਰੀ ਜਾਣਕਾਰੀ ਤੁਹਾਨੂੰ ਸਾਂਝੀ ਕੀਤੀ ਜਾਵੇਗੀ ਤੇ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਨਾ ਲਗਵਾ ਬੈਲ ਵਾਲੀ ਕੰਟੀਨਿਊ ਜ਼ਰੂਰ ਦਬਾ ਲਿਆ ਜੇ ਹੁਣ ਤੁਹਾਨੂੰ ਲੈ ਕੇ ਚੱਲਦੇ ਨੋਟੀਫਿਕੇਸ਼ਨ ਦੇ ਵੱਲ ਕਿਹੜੇ-ਕਿਹੜੇ ਇਲਾਕਿਆਂ ਵਿੱਚ ਮੀਂਹ ਪੈ ਚੁੱਕਿਆ ਹੈ ਕਰ ਕਿੰਨੇ ਮੈਂ ਤੇ ਨਾਲ ਹੋ ਸਕਦੀ ਹੈ ਗੜੇਮਾਰੀ ਅੱਗੇ ਵੱਧ ਨੇ ਨੋਟੀਫਿਕੇਸ਼ਨ ਦੇ ਵਲ ਕਿਹੜੇ ਇਲਾਕਿਆਂ 'ਚ ਗੜੇਮਾਰੀ ਹੋਵੇਗੀ ਤੇ ਕਿਹੜੇ ਇਲਾਕਿਆਂ ਵਿੱਚ ਜ਼ਿਆਦਾ ਤੇਜ਼ਮੀ ਹੋਵੇਗਾ ਤੇ ਕਿਹੜੇ 'ਚ ਕਿਣਮਣ ਹੋਵੇਗੀ ਪੂਰੀ ਜਾਣਕਾਰੀ ਦਰਨਾ ਸਾਂਝੀ ਕਰਦੇ ਆਂ ਖਾਸ ਤੌਰ ਤੇ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਜਲੰਧਰ ਨਵਾਂ ਸ਼ਹਿਰ ਕਪੂਰਥਲਾ ਲੁਧਿਆਣਾ ਰੋਪੜ ਮੁਹਾਰੀ ਚੰਡੀਗੜ੍ਹ ਫਤਿਹਗੜ੍ਹ ਸਾਹਿਬ ਤੇ ਜ਼ਿਆਦਾਤਰ ਖੇਤਰਾਂ ਵਿੱਚ ਦਰਮਿਆਨੀ ਬਾਰਿਸ਼ ਦੀ ਉਮੀਦ ਹੈ ਕੁਝ ਥਾਵਾਂ ਤੇ ਬਾਰੀਕ ਗੜੇਮਾਰੀ ਹੋਵੇਗੀ ਸਿਰਫ ਇਹਨਾਂ ਇਲਾਕਿਆਂ ਵਿੱਚ ਹੋਵੇਗੀ ਗੜੇਮਾਰੀ ਜਿਹੜੇ ਪਹਿਲਾਂ ਦੱਸੇ ਗਏ ਨੇ ਹੁਣ ਇਸ ਤੋਂ ਅਗਰੇ ਕੁਝ ਥਾਵਾਂ ਤੇ ਬਾਰੀਕ ਗੜੇਮਾਰੀ ਹੋ ਬੈ ਸਕਦੇ ਹਨ ਮਾਲਵਾ ਦੇ ਬਰਕੀ ਬਾਕੀ ਇਸੇ ਵਿੱਚ 12 ਅਤੇ 13 ਜਨਵਰੀ ਨੂੰ ਤੰਦ ਵਾਲੇ ਵਾਲੇ ਬਦਲਾ ਵਾਲੇ ਬਦਲਾ ਜਾਂ ਤਪ ਚ ਥੋੜੀ ਥਾਂ ਫਵਾਰ ਪੈ ਸਕਦੀ ਹੈ 14 ਜਨਵਰੀ ਨੂੰ ਸਵੇਰੇ ਵੇਲੇ ਤਾਰ ਕਲਾ ਪਠਾਨਕੋਟ ਗੁਰਦਾਸਪੁਰ ਸੁਹਾਰਾ ਮੁਕੇਰੀਆ ਖੇਤਰ ਹਲਕੀ ਬਰਸਾਤ ਹੋਣ ਦੀ ਸੰਭਾਵਨਾ ਹੈ 11 ਤੋਂ 14 ਜਨਵਰੀ ਤੱਕ ਜੰਮੂ ਕਸ਼ਮੀਰ ਦੇ ਹਿਮਾਚਲ ਚ ਲੰਬੀ ਉਡੀਕ ਦੇ ਬਾਅਦ ਪਾਰੀ ਬਰਫਬਾਰੀ ਹੋਵੇਗੀ ਇਸ ਦੇ ਨਾਲ ਇੱਕ ਗੱਲ ਹੋਰ ਤੁਸੀਂ ਆਪਣੇ ਕਿਸੇ ਵੀ ਕਸਬੇ ਪਿੰਡ ਸ਼ਹਿਰ ਜਾਂ ਜ਼ਿਲ੍ਹੇ ਵਿੱਚ ਕਿਸੇ ਵੀ ਰਹਿੰਦੇ ਜੇ ਇਲਾਕੇ ਵਿੱਚ ਰਹਿੰਦੇ ਜੇ ਉੱਥੇ ਦਾ ਮੌਸਮ ਅੱਜ ਕਿਵੇਂ ਦਾ ਰਿਹਾ ਮੀਂਹ ਆਇਆ ਜਾਂ ਨਹੀਂ ਆਇਆ ਬਦਲਵਾਈ ਰਹੀ ਜਾਂ ਫਿਰ ਤੇਜ਼ਮੀ ਰਿਹਾ ਸੂਰਜ ਨਿਕਲਿਆ ਕਿ ਨਹੀਂ ਨਿਕਲਿਆ ਅੱਜ ਤੁਹਾਡੇ ਇਲਾਕੇ ਵਿੱਚ ਤੁਸੀਂ ਇਸ ਵਾਰ ਕਮੈਂਟ ਕਰਕੇ ਜਰੂਰ ਦੱਸਿਆ ਜੇ ਨਾਲੇ ਸਭਨਾਂ ਨੂੰ ਸਾਡੇ ਵੱਲੋਂ ਸਾਰਿਆਂ ਨੂੰ ਹੈਪੀ ਲੋਹੜੀ ਤੇ ਲੱਖ ਲੱਖ ਵਧਾਈਆਂ ਲੋਹੜੀ ਦੀਆਂ ਸਭਨਾਂ ਨੂੰ